ਭਾਈ ਸਾਹਿਬ ਨੇ ਬਹੁਤ ਰੈਸਟ ਕਰ ਲਈ ਆ ਇਹਨਾਂ ਨੂੰ। ਮੈਂ ਇਹੀ ਕਹਿੰਦਾ ਹੁਣ ਤੁਸੀਂ ਤਿਆਰ ਜੋ ਕੱਲ੍ਹ ਨਿਆਣੇ ਵੀ ਸਕੂਲ ਛੱਡਣੇ ਆ, ਹੋਰ ਕਾਰੋਬਾਰ ਵੀ ਕਰਨੇ ਆ, ਕੰਮ 'ਤੇ ਵੀ ਫੋਨ ਕਰਕੇ ਦੱਸ ਦਿਓ ਕਿ ਅਸੀਂ ਕਦੋਂ ਆਉਣਾ ਅਤੇ ਗੱਲ ਨਹੀਂ। ਇੱਕ ਨਵੀਂ ਆਜ਼ਾਦੀ ਦਾ ਅਗਾਜ਼ ਹੋਇਆ, ਉਹ ਅਸੀਂ ਸਟਾਰਟ ਕਰਨੀ ਆ ਅਤੇ ਅਸੀਂ ਰੁਕਣਾ ਨਹੀਂ। ਅਤੇ ਇਹ ਵੀ ਗੱਲ ਸਹੀ ਹੈ, ਹਾਂ ਅਸੀਂ ਰੁਕਣਾ ਨਹੀਂ ਗਾ। ਇਹ ਆਪਾਂ ਜਿਹੜੀ ਮੂਵਮੈਂਟ ਸ਼ੁਰੂ ਹੋਈ ਆ ਬਹੁਤ ਕੰਮ ਕਰਾ ਦੇ, ਬਾਕੀ ਹਾਂ ਇਹ ਗੱਲ the team of the Warriors that brings Paramjit Singh to England are very happy with this decision, and I think it will be the start from another winnings of battles that we are going to fight in the next years against India. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਿੱਖ ਕੌਮ ਦੀਆਂ ਅਰਦਾਸਾਂ ਅਤੇ ਖਾਲਸਾ ਪੰਥ ਦੇ ਜਿੰਨੇ ਵੀ ਜਥੇਬੰਦੀ ਸਮੂਹ ਜਥੇਬੰਦੀਆਂ ਸਹਿਯੋਗ ਨਾਲ ਅੱਜ ਅਸੀਂ ਜਿਹੜਾ ਕੇਸ ਜਿੱਤ ਗਏ ਅਤੇ ਭਾਈ ਪਰਮਜੀਤ ਸਿੰਘ ਪੰਮਾ ਵਾਪਸ ਆਪਣੇ ਦੇਸ਼ ਇੰਗਲੈਂਡ ਵਿੱਚ ਆਪਣੇ ਪਰਿਵਾਰ ਵਿੱਚ ਆ ਗਏ ਨੇ, ਇਹ ਸਭ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਅਤੇ ਇਸ ਵਿੱਚ ਅੱਜ ਸਿੱਖ ਕੌਮ ਦੀ ਜਿੱਤ ਅਤੇ ਭਾਰਤੀ ਜਿਹੜੇ ਲੋਕ ਰਾਸ਼ਟਰਵਾਦੀ ਹੈਗੇ ਉਹਨਾਂ ਦੀ ਇੱਕ ਹਾਰ ਹੋਈ ਹੈ, ਜਿਨ੍ਹਾਂ ਨੇ ਸਾਡੇ ਪਹਿਲਾਂ ਵੀ ਕਈ ਨੌਜਵਾਨ ਵੀਰਾਂ ਨੂੰ ਇੱਦਾਂ ਹੀ ਮੁਲਕਾਂ ਦੇ ਵਿੱਚੋਂ ਬਾਹਰ ਲਿਜਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਅਤੇ ਹੁਣ ਉਹਨਾਂ ਦੀ ਇਹੀ ਕੋਸ਼ਿਸ਼ ਸੀ ਕਿ ਭਾਈ ਪਰਮਜੀਤ ਸਿੰਘ ਪੰਮਾ ਨੂੰ ਵੀ ਅਸੀਂ ਵਾਪਸ ਲੈ ਕੇ, ਪਰ ਉਹ ਨਾਕਾਮ ਰਹੇ। ਇਹਦੇ ਵਿੱਚ ਖਾਲਸਾ ਪੰਥ ਦੀ ਪੂਰੀ ਚੜ੍ਹਦੀ ਕਲਾ ਹੋਈ ਹੈ ਜੀ, ਅਤੇ ਉਮੀਦ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖਾਲਸਾ ਪੰਥ ਇਸੇ ਤਰ੍ਹਾਂ ਇਕੱਠੇ ਹੋ ਕੇ ਅਤੇ ਸਾਡੇ ਹੋਰਾਂ ਸਿੰਘਾਂ ਦੇ ਲਈ ਵੀ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਪਰਮਜੀਤ ਸਿੰਘ ਪੰਮਾ ਪੁਰਤਗਾਲ ਦੀ ਜੇਲ੍ਹ 'ਚੋਂ ਵਾਪਸ ਆਏ ਨੇ, ਆਪਾਂ ਸਾਰੇ ਸਿੰਘ ਏਅਰਪੋਰਟ 'ਤੇ ਆਪਾਂ ਉਹਨਾਂ ਨੂੰ ਲੈਣ ਆਏ ਹਾਂ। ਸਾਰੇ ਸਿੰਘ ਖੁਸ਼ ਨੇ, ਚੜ੍ਹਦੀ ਕਲਾ। ਅਗਲਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੱਸਾਂਗੇ ਵੀ ਕੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।